सत श्री अकाल दोस्तों, मैं धर्मिंदर सिंह तलानिया एक बार फिर तो हाजिर हाँ जी नवा टॉपिक लैके। अज का टॉपिक है खारश बारे। जिन्हों के शरीर के उत्ते खारश हो जाती है या किसी तरह की एलर्जी हो जाती है या फिर दर्द निकल आती है किसी के राउंड जे छले बने होंगे शरीर के उत्ते, इसनों आप किवें घर के विच ही ठीक कर सकते हैं ते अगे नूं इह कदे ना होवे, इसलिए आपां नूं किन्हां चीजां दा ध्यान रखना चाहिए। तुसीं देख रहे हो जी डीएस तलानिया यूट्यूब चैनल ते मैं थोनू दसन लगे कि आपां किवें इस चीज का इलाज कर सकते हैं। तुसीं साडा चैनल सबसक्राइब भी कर सकते हो जी, थोनू जानकारी वधिया लगदी हुंदी है तां प्लीज इसनूं शेयर जरूर करिया करो जी। छोटे छोटे नुस्खे जी ते क्यों हुंदी है पहला उस बारे गल कर लैने। जदों अपने शरीर दे विच पित्त दी दर वध जांदी है, मतलब कि शरीर दे विच गर्मी वध जांदी है, उदों इह चमड़ी दे रोग पैदा हुंदे आ। छोटे हुंदे की करदे सी, मैनूं तां याद है, शायद इह वीडियो देख के गल सुन के बहुत जणिआं नूं याद भी आ जावे कि छोटे हुंदे जदों साडे पित्त निकले हुंदी सी पिट्ठ ते, तां मैनूं याद है जी मेरी दादी जी ने मेरी पिट्ठ दे उत्ते गां दा गोहा मलिआ सी। उसदा कारण इही हुंदा सी कि जदों अपने शरीर दे विच पित्त दी दर वध जांदी है ਤਾਂ ਆਪਣੇ ਇਹਨਾਂ ਗ੍ਰੰਥਾਂ ਦੇ ਵਿੱਚ ਵੀ ਲਿਖਿਆ ਹੋਇਆ ਜੀ ਕਿ ਪਿੱਤ ਦੀ ਦਰ ਵਧਣ ਨਾਲ ਤੁਸੀਂ ਗਾਂ ਦੇ ਗੋਹੇ ਦਾ ਲੇਪ ਕਰ ਸਕਦੇ ਹੋ ਜੀ ਪਿੱਠ ਤੇ। ਇਸ ਦੇ ਨਾਲ ਪਿੱਤ ਦੀ ਮਾਤਰਾ ਵਧੀ ਹੁੰਦੀ ਹੈ, ਗਰਮੀ ਵਧੀ ਹੁੰਦੀ ਹੈ, ਉਹ ਕੰਟਰੋਲ ਚ ਆ ਜਾਂਦੀ ਹੈ। ਜੇਕਰ ਕਿਸੇ ਨੇ ਇਹ ਕੰਮ ਨਹੀਂ ਕਰਨਾ ਤਾਂ ਤੁਸੀਂ ਇੱਕ ਚਮਚ ਜਿੰਨਾ ਧਨੀਆ ਕੁੱਟ ਕੇ ਉਸਦਾ ਕੱਚੇ ਦਾ ਹੀ ਏਦਾਂ ਹੀ ਤੁਸੀਂ ਸੇਵਨ ਕਰ ਸਕਦੇ ਹੋ। ਇਸ ਨਾਲ ਵੀ ਪਿੱਤ ਬੜੀ ਜਲਦੀ ਕੰਟਰੋਲ ਚ ਆ ਜਾਂਦਾ ਹੈ। ਜਦੋਂ ਆਪਣਾ ਪਿੱਤ ਕੰਟਰੋਲ ਦੇ ਵਿੱਚ ਰਹਿਣ ਲੱਗ ਜਾਂਦਾ ਤਾਂ ਚਮੜੀ ਦੇ ਰੋਗ ਹੈ ਜਿਹੜੇ ਇਹ ਪੈਦਾ ਨਹੀਂ ਹੁੰਦੇ। ਚਮੜੀ ਦੇ ਰੋਗ ਉਦੋਂ ਹੀ ਬਣਦੇ ਹਨ ਜਦੋਂ ਆਪਣੇ ਸਰੀਰ ਦੇ ਵਿੱਚ ਪਿੱਤ ਦੀ ਮਾਤਰਾ ਵਧੀ ਹੁੰਦੀ ਹੈ। ਤੇ ਦੋਸਤੋ, ਜਿਹੜੀ ਗਲੋਅ ਹੁੰਦੀ ਹੈ, ਗਲੋਅ ਦੀ ਵੇਲ ਹੁੰਦੀ ਹੈ, ਉਹ ਵੀ ਪਿੱਤ ਨੂੰ ਕੰਟਰੋਲ ਕਰਦੀ ਹੈ। ਉਸ ਨਾਲ ਬਾਡੀ ਦੇ ਵਿੱਚ ਕਿਸੇ ਦੇ ਸੈੱਲ ਘਟਦੇ ਹੋਣ ਉਹ ਵੀ ਵਧਣ ਲੱਗ ਜਾਂਦੇ ਹੋ। ਉਹ ਕਿਵੇਂ ਵਧਾਂਗੇ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ ਆਪਾਂ। ਅੱਜ ਦੀ ਗੱਲ ਚਮੜੀ ਬਾਰੇ ਹੋ ਰਹੀ ਹੈ, ਇਸ ਕਰਕੇ ਹਰੜ ਜਿਹੜੀ ਹੈ ਇਹ ਵੀ ਠੰਡੀ ਹੁੰਦੀ ਹੈ ਜੀ। ਹਰੜ, ਗਲੋਅ ਤੇ ਬਦਾਮ ਇਹ ਤੁਸੀਂ ਬਰਾਬਰ ਮਾਤਰਾ 'ਚ ਲੈ ਲੈਣੇ ਆ। ਇਹ ਤੁਸੀਂ ਬਰਾਬਰ ਮਾਤਰਾ 'ਚ ਲੈ ਕੇ 50 ਗ੍ਰਾਮ 100 ਗ੍ਰਾਮ ਜਿੰਨੇ ਜਿੰਨੇ ਤੁਸੀਂ ਲੈਣੇ ਆ ਇਹਨਾਂ ਦਾ ਪਾਊਡਰ ਬਣਾ ਕੇ ਤੁਸੀਂ ਇਹਨਾਂ ਨੂੰ ਖਾਣਾ ਜੀ। ਤੁਸੀਂ ਇਹਨਾਂ ਨੂੰ ਕੋਸੇ ਪਾਣੀ ਨਾਲ ਜਾਂ ਦੁੱਧ ਨਾਲ ਤੁਸੀਂ ਲੈ ਸਕਦੇ ਹੋ। ਅੱਧਾ ਚਮਚ ਤੁਸੀਂ ਲੈਣਾ ਹੈ। ਅਗਰ ਕੋਈ ਛੋਟਾ ਬੱਚਾ ਹੈ ਤਾਂ ਤੁਸੀਂ ਚੌਥਾ ਹਿੱਸਾ ਦੇ ਸਕਦੇ ਹੋ। ਇਸ ਨਾਲ ਵੀ ਜਿਹੜਾ ਪਿੱਤ ਦਾ ਲੈਵਲ ਹੈ ਉਹ ਕੰਟਰੋਲ 'ਚ ਹੋਣ ਲੱਗ ਜਾਂਦਾ, ਜਿਸ ਕਰਕੇ ਚਮੜੀ ਰੋਗ ਹੈ ਜਿਹੜੇ ਉਹ ਅੰਦਰੋਂ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ। ਅਗਲਾ ਇਲਾਜ ਆਪਾਂ ਕਪੂਰ ਨਾਲ ਕਰ ਸਕਦੇ ਹਾਂ, ਕਪੂਰ ਦੀ ਟਿੱਕੀ ਨਾਲ, ਪਰ ਆਪਾਂ ਉਸਨੂੰ ਸਿੱਧਾ ਸਰੀਰ ਦੇ ਉੱਤੇ ਨਹੀਂ ਲਾਉਣਾ। ਇਸ ਦੇ ਵਿੱਚ ਤੁਸੀਂ ਸੁਹਾਗਾ, ਨਾਰੀਅਲ ਦਾ ਤੇਲ ਤੇ ਕਪੂਰ, ਇਹ ਵੀ ਤਿੰਨਾਂ ਦੀ ਮਾਤਰਾ ਤੁਸੀਂ ਬਰਾਬਰ ਲੈ ਲੈਣੀ ਹੈ। ਇਹਨਾਂ ਦੇ ਵਿੱਚ ਨਾਰੀਅਲ ਦੇ ਤੇਲ ਨੂੰ ਕਿਸੇ ਸਟੀਲ ਦੇ ਭਾਂਡੇ ਦੇ ਵਿੱਚ ਤੁਸੀਂ ਗਰਮ ਕਰ ਲਓ। ਉਸ ਦੇ ਵਿੱਚ ਇਹ ਦੋਨੋਂ ਚੀਜ਼ਾਂ, ਸੁਹਾਗਾ ਤੇ ਕਪੂਰ, ਇਹ ਪਾ ਦਿਓ। ਪਾਉਣ ਤੋਂ ਬਾਅਦ ਜਦੋਂ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਤਾਂ ਤੁਸੀਂ ਇਸ ਨੂੰ ਠੰਡਾ ਕਰਕੇ, ਥੋੜਾ ਲਿਕੁਇਡ ਜਾਂ ਪੇਸਟ ਬਣ ਜਾਂਦਾ ਇਸਦਾ, ਉਸ ਨੂੰ ਤੁਸੀਂ ਜਿੱਥੇ ਜਿੱਥੇ ਤੁਹਾਡੇ ਖਾਰਸ਼ ਹੈਗੀ ਹੈ ਜਾਂ ਦਰਦ ਨਿਕਲੀ ਹੋਈ ਹੈ, ਕਈ ਵਾਰੀ ਖਾਰਸ਼ ਕਾਲਾ ਰੰਗ ਲੈ ਲੈਂਦੀ ਹੈ, ਕਾਲੇ ਰੂਪ ਦੇ ਵਿੱਚ ਹੋ ਜਾਂਦੀ ਹੈ, ਥੋੜੀ ਜਿਹੀ ਜ਼ਿਆਦਾ ਖਤਰਨਾਕ ਹੁੰਦੀ ਹੈ, ਪਰ ਇਸ ਦੇ ਨਾਲ ਇਹ ਵੀ ਠੀਕ ਹੋ ਜਾਂਦੀ ਹੈ। ਇਸ ਦੇ ਵਿੱਚ ਤੁਸੀਂ ਕੱਪੜੇ ਜਿਹੜੇ ਹੈਗੇ ਸੇਮ ਨਹੀਂ ਪਾਉਣੇ ਜੀ, ਕੱਪੜੇ ਤੁਸੀਂ ਬਦਲਦੇ ਰਹੋ। ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਕੱਪੜੇ ਧੋਣੇ ਆ ਤਾਂ ਉਹਦੇ ਵਿੱਚ ਇੱਕ ਅੱਧਾ ਢੱਕਣ ਤੁਸੀਂ ਡਿਟੋਲ ਦਾ ਪਾ ਲਓ, ਉਸ ਨਾਲ ਜਿਹੜੇ ਬੈਕਟੀਰੀਆ ਵਗੈਰਾ ਉਹ ਖਤਮ ਹੋ ਜਾਂਦਾ ਹੈ, ਤਾਂ ਤੁਸੀਂ ਉਹ ਕੱਪੜੇ ਯੂਜ਼ ਕਰਿਆ ਕਰੋ। ਸੋ ਦੋਸਤੋ, ਛੋਟੀ ਜਿਹੀ ਜਾਣਕਾਰੀ ਸੀ, ਉਮੀਦ ਕਰਨਾ ਤੁਹਾਨੂੰ ਵਧੀਆ ਲੱਗੀ ਹੋਣੀ ਹੈ। ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਜੀ ਸਾਡੇ ਨਾਲ ਤਾਂ ਸਾਡਾ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਤੇ ਈਮੇਲ ਦਿੱਤੀ ਹੋਈ ਹੈ, ਤੁਸੀਂ ਸਾਡੇ ਨਾਲ ਸਿੱਧੀ ਗੱਲ ਕਰ ਸਕਦੇ ਹੋ। ਤੇ ਦਿਓ ਜੀ ਹੁਣ ਇਜਾਜ਼ਤ, ਕੱਲ ਨੂੰ ਨਵੀਂ ਵੀਡੀਓ ਲੈ ਕੇ, ਨਵੀਂ ਜਾਣਕਾਰੀ ਲੈ ਕੇ ਤੁਹਾਡੇ ਤੱਕ ਪਹੁੰਚਾਂਗਾ। ਸਤਿ ਸ੍ਰੀ ਅਕਾਲ ਜੀ।